ਸੋ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਚੱਲ ਰਹੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਅਤੇ ਜੋ ਸਾਡੇ ਕਿਸਾਨਾਂ ਦਾ ਸਾਡਾ ਇਹ ਸੰਘਰਸ਼ ਜਿਹੜਾ ਚੱਲਿਆ ਹੋਇਆ ਬਹੁਤ ਕਾਫੀ ਦਿਨਾਂ ਤੋਂ ਜਦੋਂ ਜਹਿਦ ਚੱਲ ਰਹੀ ਹੈ ਆਪਣੇ ਹੱਕਾਂ ਨੂੰ ਲੈ ਕੇ ਸੋ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਦੇਖਣ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਕਿਸਾਨਾਂ ਨਾਲ ਚੱਲੋ ਬਈ ਹਾਂਜੀ ਹਾਂਜੀ ਵੀਰੇ ਬਿਲਕੁਲ ਜੀ ਬਿਲਕੁਲ ਸੋ ਮੈਂ ਪਹਿਲਾਂ ਇਹ ਗੱਲ ਕਲੀਅਰ ਕਰਦਾ ਪਿਛਲੇ ਮੈਂ 3-4 ਦਿਨਾਂ ਤੋਂ ਜਿਹੜੇ ਸਾਡੇ ਨੌਜਵਾਨ ਭਰਾ ਸਾਡੇ ਕਲੱਬ ਵਾਲੇ ਵੀਰ ਅੱਗੇ ਹੋ ਕੇ ਕਿਸਾਨਾਂ ਲਈ ਫਰੰਟ 'ਤੇ ਹੋ ਕੇ ਸੰਘਰਸ਼ ਕਰ ਰਹੇ ਨੇ ਸਾਡੀ ਉਹਨਾਂ ਨਾਲ ਪਹਿਲਾਂ ਵੀ ਗੱਲ ਹੋਈ ਸੀ ਅਤੇ ਮੈਂ ਸਾਡਾ ਭਰਾ ਭਾਨਾ ਵੀਰੇ ਨਾਲ ਗੱਲ ਹੋਈ ਸੀ ਮੈਂ ਕਿਹਾ ਵੀਰੇ ਮੈਂ ਵੀ ਧਰਨੇ 'ਤੇ ਆਉਣਾ ਅਤੇ ਮੈਨੂੰ ਦੱਸੋ ਅੱਜ ਕਿਹੜੀ ਲੋਕੇਸ਼ਨ 'ਤੇ ਹੋਣਾ ਹੈ ਨਾ ਅਤੇ ਉਸ ਦਿਨ ਸੰਗਰੂਰ ਬਰਨਾਲਾ ਪਟਿਆਲਾ ਉਸ ਦਿਨ ਉੱਥੇ ਧਰਨੇ ਸੀਗੇ ਅਤੇ ਭਾਨੇ ਬਾਈ ਹੋਰ ਕਹਿਣ ਲੱਗ ਗਏ ਵੀਰੇ ਕਹਿੰਦੇ ਵੀ ਹਲੇ ਆਪਾਂ 2-4 ਦਿਨ ਰੁਕ ਕੇ ਪਲੈਨ ਬਣਾਉਣਾ ਅਤੇ ਕਿਉਂਕਿ ਵੀ ਕਹਿੰਦੇ ਵੀ ਉੱਥੇ ਰਸ਼ ਕਾਫੀ ਹੁੰਦਾ ਵੀ ਥੋੜ੍ਹਾ ਮਾਹੌਲ ਖਰਾਬ ਹੋ ਜਾਂਦਾ ਵੀ ਤੁਹਾਡੇ ਆਉਣ ਨਾਲ ਸੋ ਸਾਰਿਆਂ ਨੂੰ ਪਹਿਲਾਂ ਤਾਂ ਇਹ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਲਾਕਾਰ ਤਾਂ ਹੁਣ ਬਣਿਆ ਕਿਉਂਕਿ ਹੁਣ ਤੱਕ ਆਪਾਂ ਵੀ ਖੇਤੀ ਧੰਦੇ ਕਰਨ ਵਾਲੇ ਬੰਦੇ ਸੀਗੇ ਅਤੇ ਹੁਣ ਵੀ ਖੇਤੀ ਕਰਦੇ ਹਾਂ ਅਤੇ ਹੁਣ ਵੀ ਜਦੋਂ ਘਰੋਂ ਜਾਈਦਾ ਖੇਤ ਗੇੜਾ ਮਾਰੀਦਾ ਚੰਡੀਗੜ੍ਹੋਂ ਜਾਈਦਾ ਸੋ ਕੰਮ ਕਾਰ ਅੱਜ ਵੀ ਉਸੇ ਖੇਤੀ ਧੰਦੇ ਨਾਲ ਜੁੜੇ ਹੋਏ ਹਾਂ ਸੋ ਆਪਣੇ ਹੱਕਾਂ ਲਈ ਆਪਾਂ ਮਰ ਮਿਟ ਜਾਵਾਂਗੇ ਸਾਰੇ ਸਾਹਮਣੇ ਖੜਾਂਗੇ ਸਾਰੇ ਆਪਣੇ ਕਿਸਾਨਾਂ ਦੇ ਨਾਲ ਹਾਂ ਸਾਰੇ ਭਰਾਵਾਂ ਦੇ ਨਾਲ ਹਾਂ ਸੋ ਜਲਦੀ ਆਪਾਂ ਮਾਨਸਾ ਦੇ ਵਿਖੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਆਪਾਂ ਕਰਾਂਗੇ ਸਾਰੇ ਕਲਾਕਾਰ ਭਰਾਵਾਂ ਦੇ ਨਾਲ ਰਲ ਕੇ ਸੋ ਸਿੱਧੂ ਵੀਰੇ ਨਾਲ ਵੀ ਗੱਲ ਹੋਈ ਸੀ ਮੇਰੀ ਅੱਜੀ ਅਤੇ ਜਲਦੀ ਤੁਹਾਨੂੰ ਉਹ ਡੇਟ ਅਨਾਊਂਸ ਕਰਾਂਗੇ ਸੋ ਜਿੰਨੇ ਵੀ ਸਾਨੂੰ ਪਿਆਰ ਕਰਦੇ ਸਾਡੇ ਏਰੀਏ 'ਚੋਂ ਮਾਨਸਾ PB31 'ਚੋਂ ਅਤੇ ਹੋਰ ਲਾਗੇ ਤਾਗੇ ਪਿੰਡਾਂ ਦੇ ਸਾਰੇ ਭਰਾ ਜ਼ਰੂਰ ਉਸ ਧਰਨੇ ਦੇ ਵਿੱਚ ਪਹੁੰਚੋ ਅਸੀਂ ਟਾਈਮ ਡੇਟ ਕੀ ਅਸੀਂ ਜ਼ਰੂਰ ਅਨਾਊਂਸ ਕਰਾਂਗੇ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਜਿਵੇਂ ਕਿ ਕਿਸਾਨ ਪਹਿਲਾਂ ਅਤੇ ਕਲਾਕਾਰ ਆਪਾਂ ਬਾਅਦ 'ਚ ਬਣੇ ਹਾਂ ਪਹਿਲਾਂ ਤਾਂ ਕਿਸਾਨ ਹੀ ਸੀਗੇ ਅਤੇ ਕਲਾਕਾਰ ਦੇ ਹੋਣ ਨਾਲ ਨਾਲ ਕਿਸਾਨੀ ਅੱਜ ਵੀ ਨਹੀਂ ਛੱਡੀ ਉਹ ਅੱਜ ਵੀ ਆਪਣੇ ਅੱਜ ਵੀ ਉਹੀ ਟਰੈਕਟਰਾਂ ਦਾ ਸ਼ੌਂਕ ਉਹੀ ਹਲਾਂ ਦਾ ਉਹੀ ਤਵੀਆਂ ਦਾ ਉਹ ਜਾਰੀ ਆ ਸੋ ਜਲਦੀ ਸਾਰਾ ਜਿਹੜਾ ਟਾਈਮਿੰਗ ਬਣਾਈ ਜਾ ਰਹੀ ਹੈ ਸਾਰੇ ਪਲਾਨ ਕੀਤੇ ਜਾ ਰਹੇ ਨੇ ਸਾਰੇ ਰਲ ਕੇ ਆਪਣੇ ਹੱਕਾਂ ਲਈ ਆਪਾਂ ਵੀ ਆਪਣੇ ਚਾਚੇ ਤਾਏ ਆਪਣੇ ਬਜ਼ੁਰਗਾਂ ਦੇ ਨਾਲ ਧਰਨਿਆਂ ਦੇ ਵਿੱਚ ਬੈਠਾਂਗੇ ਸੋ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨੇ ਵੀ ਸਾਨੂੰ ਪਿਆਰ ਕਰਦੇ ਆ ਸਿੱਧੂ ਬਾਈ ਨੂੰ ਪਿਆਰ ਕਰਦੇ ਆ ਜਿੰਨੇ ਵੀ ਸਾਡੇ ਏਰੀਏ ਦੇ ਵਿੱਚ ਅਤੇ ਅੰਮ੍ਰਿਤ ਮਾਨ ਵੀਰ ਹੋ ਗਿਆ ਕੋਰ ਵਾਲਾ ਮਾਨ ਹੋ ਗਿਆ ਸੋ ਸਾਰੇ ਭਰਾ ਅਸੀਂ ਰਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਕਿਉਂਕਿ ਇਹ ਸਾਡੇ ਕਿਸਾਨਾਂ ਦੀ ਲੜਾਈ ਨਹੀਂ ਸਾਡੀ ਲੜਾਈ ਹੈ ਇਕੱਲੀ ਉਹਨਾਂ ਦੀ ਲੜਾਈ ਨਹੀਂ ਕਿਉਂਕਿ ਅੱਜ ਕੱਲ੍ਹ ਜੇ ਕੋਈ ਵੀ ਕਲਾਕਾਰ ਹਿੱਟ ਹੁੰਦਾ ਤਾਂ ਸਭ ਤੋਂ ਵੱਡਾ ਹੱਥ ਜੇ ਆਪਣਾ ਖੇਤੀ ਧੰਦਾ ਕਾਮਯਾਬ ਹੈ ਤਾਂ ਉਹਨਾਂ ਕਰਕੇ ਆਪਾਂ ਅੱਜ ਕਲਾਕਾਰ ਬਣੇ ਉਹਨਾਂ ਕਰਕੇ ਆਪਣੇ ਗਾਣੇ ਚੱਲਦੇ ਆ ਜੇ ਸਾਡਾ ਕਿਸਾਨ ਭਰਾਈ ਦੱਬ ਲਿਆ ਤਾਂ ਅਸੀਂ ਵੀ ਕਿਸੇ ਕੰਮ ਦੇ ਨਹੀਂ ਰਹਿਣਾ ਸੋ ਉਹਨਾਂ ਨਾਲ ਹੀ ਅਸੀਂ ਹਾਂ ਕਮੈਂਟ ਆ ਜਾਂਦੇ ਨੀਚੇ ਉਹ ਵੀ ਰੀਡ ਕਰੀਏ ਗੋਲਡੀ ਸਿੱਧੂ ਵੀ ਆ ਰਿਹਾ ਹਾਂਜੀ ਹਾਂਜੀ ਵੀਰੇ ਸਾਰੇ ਰਲ ਮਿਲ ਕੇ ਪਹੁੰਚਾਂਗੇ ਆਪਣੇ ਹੱਕਾਂ ਲਈ ਆਪਾਂ ਲੜਨ ਲਈ ਤਿਆਰ ਹਾਂ ਗਿੰਨੀ ਸ਼ਰਮਾ ਬਾਈ ਅਸੀਂ ਵੀ ਆਵਾਂਗੇ ਬਰਨਾਲੇ ਤੋਂ ਹਾਂਜੀ ਹਾਂਜੀ ਵੀਰੇ ਸਾਰੇ ਪਹੁੰਚੋ ਸੋ ਜਿੰਨੇ ਵੀ ਸਾਨੂੰ ਪਿਆਰ ਕਰਦੇ ਸਾਰੇ ਸਾਡੇ ਭਰਾ ਕਿਉਂਕਿ ਹੁਣ ਤੱਕ ਖੇਤੀ ਧੰਦੇ ਨਾਲੇ ਜੁੜੇ ਹੋਏ ਹਾਂ ਅੱਜ ਵੀ ਜੁੜੇ ਹੋਏ ਹਾਂ ਅੱਜ ਵੀ ਜਦੋਂ ਚੰਡੀਗੜ੍ਹੋਂ ਜਾਈਦਾ ਘਰੇ ਪਹਿਲਾਂ ਖੇਤ ਜਿੰਨਾ ਟਾਈਮ ਗੇੜਾ ਨਹੀਂ ਮਾਰਦੇ ਉਨਾ ਟਾਈਮ ਸਕੂਨ ਨਹੀਂ ਮਿਲਦਾ ਸੋ ਦਿਲੋਂ ਧੰਨਵਾਦ ਕਰਦਾ ਜਿਹੜੇ ਸਾਡੇ ਨੌਜਵਾਨ ਭਰਾ ਅੱਗੇ ਹੋ ਕੇ ਲੜ ਰਹੇ ਹਾਂ ਭਾਨਾ ਬਾਈ ਹੋ ਗਿਆ ਅਤੇ ਉਹਨਾਂ ਨਾਲ ਗੱਲ ਮੇਰੀ ਹੋਈ ਸੀ ਵੀਰੇ ਮੈਂ ਕਿਹਾ ਮਾਂ ਮੈਂ ਧਰਨੇ 'ਤੇ ਪਹੁੰਚਣਾ ਅਤੇ ਬਾਈ ਕਹਿੰਦਾ ਵੀਰੇ ਥੋੜ੍ਹਾ ਜਿਹਾ ਵੀ ਇਕੱਠ ਵੱਠ ਜ਼ਿਆਦਾ ਹੁੰਦਾ ਵੀ ਤੁਹਾਡੇ ਆਉਣ ਨਾਲ ਵੀ ਸਿਸਟਮ ਹੱਲ ਜਾਂਦਾ ਕਿਉਂਕਿ ਅਸੀਂ ਕਦੇ ਨਹੀਂ ਚਾਹੁੰਦੇ ਹੋ ਜਿੱਦਾਂ ਸਿੱਧੂ ਬਾਈ ਨੇ ਵੀ ਦੱਸਿਆ ਸੀਗਾ ਵੀ ਆਪਾਂ ਚੱਲਦੇ ਕੰਮ ਕਾਰ ਦੇ ਵਿੱਚ ਕੋਈ ਰੁਕਾਵਟ ਬਣੀ ਹੈ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿੰਨੇ ਵੀ ਕਮੈਂਟਸ ਆ ਰਹੇ ਆ ਡੋ ਯੂ ਰਿਮੈਂਬਰ ਮੇਲਾ ਇਨ ਕੰਮਿਆਣਾ ਹਾਂਜੀ ਥੈਂਕ ਯੂ ਯਾਦ ਹੈ ਜੀ ਮੇਲਾ ਜੈ ਜਵਾਨ ਜੈ ਕਿਸਾਨ ਹਾਂਜੀ ਬਿਲਕੁਲ ਬਿਲਕੁਲ ਸੋ ਬਾਕੀ ਮੈਂ ਹੋਰ ਵੀ ਸਾਡੇ ਕਲਾਕਾਰ ਭਰਾਵਾਂ ਨੂੰ ਬੇਨਤੀ ਕਰੂੰਗਾ ਬਾਕੀ ਬਿਨਾਂ ਕਹਿਣ ਤੋਂ ਹੀ ਬਹੁਤ ਸਾਰੇ ਮਤਲਬ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਬਾਕੀ ਜਿਹੜੇ ਰਹਿ ਵੀ ਗਏ ਸਾਰੇ ਭਰਾ ਆਪਾਂ ਇਕਜੁੱਟ ਹੋ ਕੇ
अपने हकों लई साडे बजुर्गों दी जिहड़ियां उत्थे पग्गां रोल रही आ उहनां दे नाल मोढे नाल मोढा ला के आपां खड़ीए, क्योंकि सानू जिहड़ी जनरेशन है साडा यूथ है सानू प्यार करदा, जे आपां मूहरे चलांगे तां आपणे पिछे जरूर चलणगे। सो अपना मकसद कोई यह नहीं भी कोई हुल्लड़बाजी करनी, आपां ने अपने हकों लई उत्थे आपां ने जाणा इकट्ठे होणा। सो सारयां नूं जिहड़ी डेट होगी आपां अनाउंस करांगे, ते डेट टाइम सारा तुहानूं एक दिन पहलां दस्सिया जाऊगा, एक दो दिन पहलां। तो सारा का तहत धन्यवाद जिन्हें भी कमेंट्स कर रहे हो, मैं भाई पी वी बारह तो हाँ थैंक यू वीरे, सारे ही अपने भरा हूँ वीरे। सो मैं दो चार दिन पहला करसानी नू लेके गाना भी पाया सीगा, बोरी का बनाया झोला गुट विच पाया, बापू उंगलों ते आउंदा हिसाब जोड़दा, ते क्योंकि मैं जो चले नहीं सके उदो हिट होने तो पहला मैं सोशल सोंग बड़े गाए से, अज भी सिचुएशन के उत्ते अपन गाने परमात्मा ने अपन कलम दिती है तो बोलते रहने, सो तुसी प्यार भी करते हो, तो वह गाने गाना वह मतलब कोई साडा ना कोई पबलिसिटी लैन का कोई कारण होंगे, क्योंकि वह चीज़ा साढ़े जहन के जड़ी चीज़ों असं नेड़े तो फील किया हो। सो क्योंकि दिहाड़ियाँ कर करके इतने तक पहुँचे हाँ, इतों तक उठे हाँ, तो साढ़े किसान भरावान का साढ़े खेती धंधे का सानू कामयाब करने बहुत व्डा हाथ है, ते जे खेती धंधा ना रहा तो कल कलाकार की कोई भी किसी का भी कम नहीं रहना, क्योंकि कलाकार जिहड़ा किसान है ना वो अपने एक कह लिए भी सारी दुनिया का एक इंजन है बनया हुआ जिहदे सर तो सारा संसार रोटी खा रहा है, जे आपां उसे नूं मारन लग गए फिर दूजे कित्थों बचने। सो तहे दिलों धन्नवाद सारे ने जिन्हें भी लाइव वेख रहे हो ते जिन्हां ने लाइव वेख्या, सो कोई गलती भुल चुक हो माफ़ करना, तो बिच कई ने एक दो पोस्टा के उत्ते मैं कहना नहीं चाहता बोलिया हुआ क्या भी हूँ नाटकर 855 कितने गए भरावा थोड़े नाल ही हैं सारे नाल ही हैं, क्योंकि नाटकर 855 वो ना भी परमात्मा ने थोड़े प्यार ने ता ही दिते हुए जो असं खेती धंधे जुड़े हुए हैं। सो टेंशन ना लो, दबदे नहीं मूहरे आवेंगे तो मोढ़े ना मोढ़ा ला के खड़ा, कोई चक्कर नहीं, वाहेगुरु साढ़े हक दवाने सर के उत्ते हथ रखू, तो बाकी सानू जिन्हें प्यार करते हैं साढ़े मानसा तो जिन्हें भी साढ़े एरिए सारे पीवी कत्ती वाले सारे जरूर पहुँचो, तो डेट टाइम असं अनाउंस करांगे। सो सारे रल के अपना बजुर्गों का साढ़े चाचे ताया का माँ बाप का आप साथ देिए, क्योंकि ये वेला हूँ साथ देन का। सो इन्ना क लाइव के जो कुछ गलत बोलिया तो छोटा समझ के बड़ा भरा समझ के माफ़ करो, तो जल्दी डेट टाइम आप अनाउंस कर दें। वाहेगुरू तुम सब चढ़ती कला रखे, थैंक यू लव यू। साडे लई बहुत वड्डी माण वाली गल है कि जो इन्ने पंजाबी गए किसानां दे हक विच खड़े हन ते सरकार दे इस बिल दा विरोध कर रहे हन, तां उह नौजवानां नूं वी वध तों वध साथ दे धरने विच शामिल होना चाहीदा है, तां जो इह किसान विरोधी बिल रद्द हो सके। इस बिल प्रति सरकार दे विरोध विच की करना चाहीदा है, तुसीं वी अपने कमेंट कर अपने विचार देना, ते जेकर तुहानूं इह वीडियो वधिया लगी तां इस वीडियो नूं लाइक जरूर करना। इस दे नाल इस वीडियो विच इन्ना ही, मिलदे हां किसे होर पंजाबी इंडस्ट्री दी नवीं अपडेट नाल, ते जेकर तुहाडे इंडस्ट्री का कोई अजिहा अपडेट है जो तुम साझा करना चाहते हो तो सू इंस्टाग्राम से फॉलो करके डीएम कर उसकी जानकारी दे सकते हो। सब तो पहला जानकारी देने वाले का नाम इस वीडियो में शेयर किया जाएगा, जेकर इस चैनल से तुम नवे हो तो पंजाबी इंडस्ट्री की हर नवी अपडेट्स सब तो पहले देखने इस चैनल में सबसक्राइब कर घंटी वाले बटन दबा ना भूलना। तो दिन शुभ रहे, धन्यवाद।